ਸਰਕਾਰੀ ਹਸਪਤਾਲ ਦੇ ਬੈੱਡ ਤੇ ਪਈ ਇਹ ਮਹਿਲਾ ਉਹ ਹੈ ਜਿਸ ਨੇ 7 ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ, ਜਿਸ ਤੋਂ ਬਾਅਦ ਇਸ ਦੇ ਪਤੀ ਅਤੇ ਸਹੁਰਿਆਂ ਨੇ ਇਸ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਕਿਉਂਕਿ ਇਸ ਦੇ 2 ਧੀਆਂ ਨੇ। ਹੁਣ ਸਹੁਰੇ ਚਾਹੁੰਦੇ ਨੇ ਕਿ ਉਹਨਾਂ ਦੀ ਨੂੰਹ ਲੜਕੇ ਨੂੰ ਜਨਮ ਦੇਵੇ, ਜਿਸ ਤੋਂ ਬਾਅਦ ਇਹਨਾਂ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਔਰ ਫਿਰ ਦਾਜ ਦੀ ਵੀ ਮੰਗ ਕੀਤੀ ਗਈ। ਵਿਆਹ ਦੇ ਸਬੂਤ ਵੀ ਇਸ ਲੜਕੀ ਤੋਂ ਮੰਗੇ ਗਏ ਨੇ। ਹੁਸ਼ਿਆਰਪੁਰ ਦੇ ਹਾਜੀਪੁਰ ਦੇ ਪਿੰਡ ਦਾ ਇੱਕ ਮਾਮਲਾ ਹੈ। 5 ਦਿਨਾਂ ਤੋਂ ਦਸੂਹਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਹ ਲੜਕੀ ਦਾਖਲ ਹੈ। ਪੇਕਿਆਂ ਦੇ ਵੱਲੋਂ ਵੀ ਇਸ ਦੀ ਕੋਈ ਸਾਰ ਨਹੀਂ ਲਈ ਗਈ। ਦਹੇਜ ਦੇ ਲਈ ਇਸ ਦੇ ਸਹੁਰੇ ਇਸ ਨੂੰ ਤੰਗ ਪਰੇਸ਼ਾਨ ਕਰਦੇ ਨੇ। ਵਿਆਹ ਦੇ ਸਬੂਤ ਮੰਗੇ ਜਾ ਰਹੇ ਨੇ। 2 ਧੀਆਂ ਨੂੰ ਇਸ ਨੇ ਜਨਮ ਦਿੱਤਾ। ਹੁਣ ਸਹੁਰਾ ਪਰਿਵਾਰ ਚਾਹੁੰਦਾ ਹੈ ਕਿ ਇੱਕ ਬੇਟੇ ਨੂੰ ਜਨਮ ਦੇਵੇ, ਜਿਸ ਨੂੰ ਲੈ ਕੇ ਇਸ ਦੇ ਨਾਲ ਰੋਜ਼ ਹੀ ਕੁੱਟਮਾਰ ਕੀਤੀ ਜਾਂਦੀ ਹੈ। ਹੁਣ ਵੀ ਇਸ ਦੇ ਨੱਕ ਤੇ ਸਰੀਰ ਤੇ ਵੀ ਸੱਟਾਂ ਮਾਰੀਆਂ ਨੇ, ਜਿਸ ਤੋਂ ਬਾਅਦ ਇਹ ਹਸਪੀਟਲ ਦੇ ਵਿੱਚ ਦਾਖਲ ਹੋਈ। ਪੁਲਿਸ ਤੇ ਕੋਈ ਕਾਰਵਾਈ ਨਾ ਕਰਨ ਦੇ ਇਲਜ਼ਾਮ ਇਸ ਲੜਕੀ ਦੇ ਵੱਲੋਂ ਲਗਾਏ ਗਏ ਨੇ। ਇੱਕ ਤਾਂ ਜੀ ਮੇਨ ਕਾਰਨ ਹੈ ਕਿ ਮੇਰੇ 2 ਬੇਟੀਆਂ ਆ, ਮੇਰੇ ਬੇਟਾ ਨਹੀਂ ਹੈ। ਦੂਸਰਾ ਰੀਜ਼ਨ ਇਹ ਹੈ ਕਿ ਮੇਰੇ ਤੋਂ ਦਾਜ ਦੀ ਵੀ ਮੰਗ ਕੀਤੀ ਜਾਂਦੀ ਹੈ, ਤੇ ਮੈਨੂੰ ਇਹ ਵੀ ਬੋਲਦੇ ਜੇ ਨਹੀਂ ਲਿਆਉਣਾ ਤੇ ਤੂੰ ਚੱਲ ਜਾ, ਅਸੀਂ ਤੈਨੂੰ ਰੱਖਣਾ ਨਹੀਂ ਹੈ, ਅਸੀਂ ਤੈਨੂੰ ਵਿਆਹਿਆ ਨਹੀਂ ਹੈ, ਸਾਨੂੰ ਪ੍ਰੂਫ ਮੰਗਦੇ ਕਦੇ ਵਿਆਹ ਦੇ। ਗਾਲੀ ਹਾਂਜੀ, 2 ਬੇਟੀਆਂ ਕਿੱਥੇ ਇਸ ਟਾਈਮ ਸਹੁਰੇ ਪਰਿਵਾਰ ਕੋਲ ਹੀ ਹੈ। ਉਸ ਤੋਂ ਬਾਅਦ ਤੁਹਾਡੇ ਕਿੱਥੇ ਸੱਟ ਲੱਗੀ ਹੈ? ਮੇਰੇ ਬੈਕ ਤੇ ਵੀ ਹੈ, ਮੇਰੇ ਨੋਜ਼ ਤੇ, ਨੋਜ਼ ਦੀ ਬੋਨ ਟੁੱਟੀ ਹੋਈ ਹੈ, ਆਈਸ ਤੇ ਵੀ ਹੈ, ਤੇ ਗਲੇ ਤੇ ਹੈ, ਦੋਨਾਂ ਬਾਹਾਂ ਦੀ ਕੋਣੀਆਂ ਤੇ, ਲੱਤ ਤੇ, ਗੋਡੇ ਤੇ। ਤੁਹਾਡੇ ਪਰਿਵਾਰ ਵੱਲੋਂ ਕੋਈ ਨਹੀਂ ਆ ਪੇਕੇ ਪਰਿਵਾਰ ਵੱਲੋਂ ਨਾਲ ਮੇਰੇ ਲਵ ਮੈਰਿਜ ਕਰਕੇ? ਨਹੀਂ, ਮੇਰੇ ਪੇਕੇ ਪਰਿਵਾਰ ਵੱਲੋਂ ਮੇਰੇ ਨਾਲ ਕੋਈ ਨਹੀਂ। ਅੱਜ ਕਿੰਨੇ ਦਿਨ ਹੋ ਗਏ ਤੁਹਾਨੂੰ ਹਸਪੀਟਲ ਚ ਚੱਲਣੇ ਪਏ? ਅੱਜ 5ਵਾਂ ਦਿਨ। ਪੁਲਿਸ ਵੱਲੋਂ ਕੋਈ ਨਹੀਂ ਆਇਆ ਤੁਹਾਡੇ ਬਿਆਨ ਲੈਣ? ਕੋਈ ਕਾਰਵਾਈ ਨਹੀਂ ਹੋਈ। ਉਸ ਦਿਨ ਵੀ ਮੈਂ, ਮੇਰੇ ਬਲੀਡਿੰਗ ਬਹੁਤ ਜ਼ਿਆਦਾ ਹੁੰਦੀ ਪਈ ਸੀ ਤੇ ਮੈਂ 112 ਤੇ ਵੀ ਕੰਪਲੇਂਟ ਕੀਤੀ ਸੀਗੀ, ਤਾਂ ਵੀ ਕੋਈ ਕਾਰਵਾਈ, ਕਿਸੇ ਨੇ ਮੌਕਾ ਨਹੀਂ ਦੇਖਿਆ ਆ ਕੇ। ਤੇ ਜੇ ਮੈਂ ਸਰਪੰਚ ਮੈਂਬਰ ਕੋਲ ਗਈ ਹਾਂ, ਉਹਨਾਂ ਨੇ ਵੀ ਕਿਹਾ ਕਿ ਅਸੀਂ ਕੁਛ ਨਹੀਂ ਕਰ ਸਕਦੇ, ਉਹ ਵੀ ਨਾਲ ਨਹੀਂ ਹੈ, ਉਹ ਨਾਲ ਘਰ ਜ਼ਰੂਰ ਛੱਡਣ ਗਏ ਆ, ਪਰ ਉਹਨਾਂ ਨੇ ਵੀ ਕੋਈ ਨਾ ਮੈਨੂੰ ਹਸਪੀਟਲ ਪਹੁੰਚਾਇਆ ਹੈ, ਨਾ ਉਹਨਾਂ ਨੇ ਕੋਈ ਦਾਬਾ ਮਾਰਿਆ ਹੈ, ਸਿਰਫ ਮੈਨੂੰ ਘਰ ਛੱਡ ਕੇ ਚੱਲ ਗਏ ਜੇ ਮੈਂ ਉਹਨਾਂ ਕੋਲ ਪਹੁੰਚੀ ਉਸ ਰਾਤ। ਕੀ ਮੰਗ ਕਰਦੇ ਪੁਲਿਸ ਪ੍ਰਸ਼ਾਸਨ? ਕਿ ਮੈਨੂੰ ਇਨਸਾਫ਼ ਦਿੱਤਾ ਜਾਵੇ, ਮੇਰੇ 2 ਬੱਚੀਆਂ ਆ, ਉਹਨਾਂ ਦੀ ਜਾਨ ਨੂੰ ਵੀ ਖਤਰਾ, ਮੇਰੀ ਜਾਨ ਨੂੰ ਵੀ ਖਤਰਾ, ਮੇਰੇ ਸਹੁਰੇ ਪਰਿਵਾਰ ਨੂੰ। ਮਿਤੀ 9/7/24 ਨੂੰ ਮੈਂ 18 ਹਾਜ਼ਰ ਸੀ। ਇੱਕ 112 ਨੰਬਰ ਕੰਪਲੇਂਟ ਪੁਲਿਸ ਬਲੋਕ ਹੁਸ਼ਿਆਰਪੁਰ ਤੋਂ 18 ਵਸੂਲ ਹੋਈ ਸੀ। ਸਿਮਰਜੀਤ ਕੌਰ ਪਤਨੀ ਲਖਵਿੰਦਰ ਸਿੰਘ ਵਾਸੀ ਭਵਨਾਲ, ਜਿਹਨੇ ਕਿਹਾ ਸੀ ਮੈਨੂੰ ਕੁੱਟਮਾਰ ਕਰਕੇ ਘਰੋਂ ਬਾਹਰ ਕੱਢਿਆ ਹੈ, ਪਰ ਉਸਦੀ ਫਿਰ ਮੌਕੇ 'ਤੇ ਜਾ ਕੇ ਤਾਂ ਆਪਣਾ ਸਮਝਾ ਭਜਾ ਕੇ ਉਹਨੂੰ ਘਰ ਉੱਤੇ ਭੇਜ ਦਿੱਤਾ ਸੀ। ਅੱਜ ਫਿਰ ਇੱਕ ਮੈਡੀਕਲ ਰਿਪੋਰਟ ਥਾਣਾ ਵਸੂਲ ਹੋਈ ਹੈ, ਅਤੇ ਉਸ ਰਿਪੋਰਟ ਦੇ ਹਿਸਾਬ ਨਾਲ ਜੋ ਵੀ ਮੈਡੀਕਲ ਰਿਪੋਰਟ ਆਈ ਹੈ, ਉਸ ਹਿਸਾਬ ਬਿਆਨ ਲੈ ਕੇ ਸਿਮਰਜੀਤ ਕੌਰ ਦਾ ਬਣਦੀ ਕਾਨੂੰਨੀ ਕਾਰਵਾਈ ਅਗਲੇ ਅਮਲ ਚੱਲਿਆ।